ਹੈਲੋ ਗਾਈਸ, ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਵਧੀਆ ਹੋਣਗੇ, ਠੀਕ ਠਾਕ ਹੋਣਗੇ ਜੀ। ਅਤੇ ਆਪਾਂ ਹੈਗੇ ਆਪਣੇ ਆਫਿਸ 'ਚ ਬੈਠੇ, ਅਤੇ ਚੈੱਕ ਕਰੋ ਸਾਡਾ ਆਫਿਸ। ਇਹ ਆਪਣਾ ਆਫਿਸ ਹੈਗਾ ਵਾ, ਇਹ ਕਲੋਨੀ ਦਾ ਨਾਂ ਹੈਗਾ ਕ੍ਰਿਸ਼ਨਾ ਇਨਕਲੇਵ ਗਾਰਡਨ। ਬਾਕੀ ਤੁਹਾਨੂੰ ਮੈਂ ਵਿਖਾਤਾ ਆਪਣਾ ਆਫਿਸ, ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਕਮੈਂਟ ਕਰਿਓ, ਅਤੇ ਸਬਸਕ੍ਰਾਈਬ ਪਲੀਜ਼ ਕਰਿਓ, ਅਤੇ ਬੈੱਲ ਆਈਕਨ ਨੂੰ ਵੀ ਦਬਾ ਲਿਓ, ਅਤੇ ਹੋਰ ਵੀ ਇੱਦਾਂ ਦੀਆਂ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਕਰਿਓ। ਅਤੇ ਅੱਜ ਆਪਣੀ ਨਿਊ ਬਲੌਗ ਵੀ ਇੱਕ ਆਉਣ ਲੱਗਾ ਵਾ, ਉਹ ਵੀ ਤੁਸੀਂ ਵੇਖ ਲਿਓ, ਚੈੱਕ ਕਰ ਲਿਓ, ਅਤੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਦਿਓ ਗਾਈਸ। ਅਤੇ ਆਹ ਆਪਣਾ ਆਫਿਸ ਹੈਗਾ ਵਾ, ਆਹ ਸ਼ਿਵਜੀ ਦੀ ਫੋਟੋ ਲੱਗੀ ਆ, ਸ਼ੰਕਰ ਭਗਵਾਨ, ਅਤੇ ਇਹ ਮੰਦਰ ਹੈਗਾ ਵਾ, ਇੱਥੇ ਵੱਡੇ ਬਾਊ ਜੀ ਹੋਣੀ ਬਹਿੰਦੇ ਆ, ਅਤੇ ਇਹ ਏਸੀ ਲੱਗਾ ਆਪਣਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਅੰਮ੍ਰਿਤਸਰ 'ਚ ਹੋ ਗਈ ਆ, ਆ 4-5 ਦਿਨ ਹੋ ਗਏ ਬਹੁਤ ਗਰਮੀ ਆ, ਇਸ ਕਰਕੇ ਏਸੀ ਵੀ ਲਾਉਣਾ ਪਿਆ ਆਪਾਂ ਨੂੰ ਆਫਿਸ 'ਚ। ਬਾਕੀ ਪੱਖੇ ਨਾਲ ਤਾਂ ਕੋਈ ਫਰਕ ਨਹੀਂ ਪੈਣ ਦਿਆ ਵਾ, ਇੰਨੀ ਗਰਮੀ ਹੋ ਗਈ, ਹੱਦ ਤੋਂ ਬਾਹਰ ਗਰਮੀ ਹੋ ਗਈ ਆ। ਅਤੇ ਆਹ ਵੇਖੋ ਟੈਲੀਵਿਜ਼ਨ ਵੀ ਲੱਗਾ ਵਾ, ਇਹ ਟੀਵੀ ਲਵਾਇਆ ਸੀ, 2-3 ਦਿਨ ਹੀ ਹੋਏ ਆ ਨਵਾਂ ਟੀਵੀ ਲਵਾਇਆ ਆਪਾਂ ਇੰਟਰਟੇਨਮੈਂਟ ਲਈ। ਚਲੋ ਠੀਕ ਹੈ ਗਾਈਸ, ਓਕੇ, ਫਿਰ ਮਿਲਦੇ ਹਾਂ ਨੈਕਸਟ ਬਲੌਗ 'ਚ, ਓਕੇ ਬਾਏ। ਇਹ ਹੈਗਾ ਆਪਣਾ ਆਫਿਸ, ਅਤੇ ਆਪਾਂ ਚੱਲੇ ਹਾਂ ਹੁਣ ਬੈਕ ਸਾਈਡ, ਤੁਹਾਨੂੰ ਇੱਕ ਚੀਜ਼ ਵਿਖਾਉਂਦਾ ਵਾ, ਆਪਾਂ ਚੱਲੇ ਬੈਕ ਸਾਈਡ, ਤੁਹਾਨੂੰ ਇੱਕ ਚੀਜ਼ ਵਿਖਾਉਂਦਾ, ਤੁਸੀਂ ਵੇਖਿਓ ਬਲੈਕ ਕਲਰ ਦਾ ਘੋੜਾ ਹੈਗਾ ਵਾ,